ਉੱਥੇ ਨੇ ਵੀ ਤੁਹਾਨੂੰ ਫਿਲਮ ਨੇ ਮਨਾਜ਼ਰ ਦੱਸੇ ਜਾ ਸਕਣ, ਇਸ ਜਗ੍ਹਾ ਦੀ ਖੂਬਸੂਰਤੀ ਔਰ ਥੋੜ੍ਹੀ ਬਹੁਤੀ ਹਿਸਟਰੀ ਵੀ ਦੱਸੀ ਜਾ ਸੀ। ਤਾਂ ਇਨਸ਼ਾਅੱਲਾ ਥੋੜ੍ਹੀ ਦੇਰ ਬਾਅਦ ਅਸੀਂ ਤੁਹਾਡੇ ਨਾਲ ਫਿਰ ਮੁਲਾਕਾਤ ਕਰਨੇ ਹਾਂ। ਉਮੀਦ ਹੈ ਜਿਸ ਤਰ੍ਹਾਂ ਅੱਗੇ ਵੀ ਤੁਸੀਂ ਇਹਨਾਂ ਨਾਲ ਵੀ ਤਾਮਨ ਕੀਤਾ ਹੈ, ਬਾਬਾ ਜੀ ਕੀ ਦੁਨੀਆ ਨਾਲ ਵੀ ਤਾਮਨ ਕਰ ਰਹੇ ਹੋ, ਇਸੇ ਤਰ੍ਹਾਂ ਹੁਣ ਮਜੀਦ ਕਰ ਸੋ, ਇਸਕੀ ਸਬਸਕ੍ਰਾਈਬ ਕਰ ਸੋ ਔਰ ਸ਼ੇਅਰ ਕਰ ਸੋ ਔਰ ਲਾਈਕ ਵੀ ਕਰ ਸੋ ਔਰ ਸਪੋਰਟ ਵੀ ਕਰ ਸੋ। ਤੁਸਾਂ ਨੇ ਤਾਮਨ ਵਾਲੀ ਇਹ ਸਾਰੇ ਕੰਮ ਇਸੇ ਤਰ੍ਹਾਂ ਅੱਗੇ ਚੱਲਣੇ ਰਹੇ ਸਨ। ਅਸਲਾਮ ਅਲੈਕਮ ਮੇਰੇ ਜਿਤਨੇ ਦੋਸਤ ਯਾਰ ਸੁਣ ਰਹੇ, ਮੈਨੂੰ ਤੱਕ ਰਹੇ ਨੇ ਔਰ ਦੇਖ ਰਹੇ, ਉਹਨਾਂ ਸਾਰਿਆਂ ਦੀ ਮੇਰੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕਮ। ਮੈਂ ਖਲੀਲ ਅਹਿਮਦ ਚੌਹਾਨ ਜਨਾਬ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਅੱਜ ਮੈਂ ਦੀਨੇ 'ਤੇ ਲੈ ਕੇ ਜਾ ਰਿਹਾ ਹਾਂ ਕਿਲ੍ਹਾ ਰਸਤਾਸ ਤੱਕ ਔਰ ਰਾਸਤੇ 'ਚ ਬਹੁਤ ਖੂਬਸੂਰਤ ਮੁਕਾਮ ਆਇਆ। ਇਸ ਮੁਕਾਮ 'ਤੇ ਮੈਂ ਤੁਹਾਨੂੰ ਦੱਸਦੀ ਕੈਮਰੇ 'ਚ ਬੰਦ ਕਰ ਰਿਹਾ ਔਰ ਤੁਹਾਨੂੰ ਦਿਖਾ ਰਿਹਾ ਕਿ ਕਿਤਨਾ ਇਲਾਕਾ ਪੁਰਖਦਾ ਹੈ ਔਰ ਕਿਤਨਾ ਖੂਬਸੂਰਤ ਹੈ, ਜਿਸ ਤੁਹਾਨੂੰ ਇੱਥੇ ਕਾਫੀ ਜਾਨਵਰ ਵੀ ਚਰਨੇ ਨਜ਼ਰ ਆ ਰਹੇ ਨੇ। ਖਾਸ ਕਰ ਇਹਨਾਂ 'ਚ ਬੈਂਸਾਂ ਜਿਹਨਾਂ ਕਿ ਅਸੀਂ ਬਫਲੋ ਵੀ ਆਖਣੇ ਹਾਂ ਉਹ ਔਰ ਚਾਰ ਚਫੇਰੀਆਂ ਹੈ। ਅਗਰ ਤੁਸੀਂ ਦੇਖੋ ਤਾਂ ਬਹੁਤ ਪਿਆਰਾ ਮੰਦਰ ਹੈ, ਬਹੁਤ ਹੀ ਪਿਆਰਾ ਔਰ ਇਸ ਵਕਤ ਮੌਸਮ ਵੀ ਬਹੁਤ ਅੱਛਾ ਹੈ ਔਰ ਇਨਸ਼ਾਅੱਲਾ ਤੁਸੀਂ ਸ਼ਾਨਦਾਰ ਸੀ ਔਰ ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਅੱਗੇ ਤੁਸੀਂ ਮੈਨੂੰ ਸਪੋਰਟ ਕੀਤਾ ਸਬਸਕ੍ਰਾਈਬ ਵੀ ਕਰ ਸੋ, ਲਾਈਕ ਵੀ ਕਰ ਸੋ ਔਰ ਸ਼ੇਅਰ ਵੀ ਕਰ ਸੋ ਔਰ ਮੈਨੂੰ ਮੌਕਾ ਦੇ ਸੋ ਕਿ ਮੈਂ ਇਸੇ ਤਰ੍ਹਾਂ ਹੀ ਹੋਰ ਮਜ਼ੀਦ ਅੱਛੀਆਂ ਅੱਛੀਆਂ ਜਗ੍ਹਾ ਤੁਹਾਨੂੰ ਦੱਸਾਂ ਔਰ ਤੁਸੀਂ ਵੀ ਤੱਕ ਇੰਜੋਇਮੈਂਟ ਕਰੋ। ਠੀਕ ਹੈ ਜਨਾਬ, ਇਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਫਿਰ ਮੁਲਾਕਾਤ ਕਰਨੀ ਆ। ਉਸ ਤੋਂ ਬਾਅਦ ਅਸੀਂ ਇਨਸ਼ਾਅੱਲਾ ਕਿਲ੍ਹਾ ਰਸਤਾਸ ਦੀ ਤਰਫ ਜਾ ਰਹੇ ਹਾਂ ਔਰ ਅਗਰ ਰਸਤੇ 'ਚ ਕੋਈ ਮਜ਼ੀਦ ਕੋਈ ਅੱਛੀਆਂ ਅੱਛੀਆਂ ਜਗ੍ਹਾ ਹੋਈਆਂ ਉਹ ਵੀ ਤੁਹਾਨੂੰ ਦੱਸਾਂ, ਵਰਨਾ ਇਨਸ਼ਾਅੱਲਾ ਕਿਲ੍ਹਾ ਰਸਤਾਸ ਨੇ ਮੁਖਤਲਿਫ ਜਿਹੜੇ ਹਿੱਸੇ ਨੇ ਉਹ ਤੁਹਾਨੂੰ ਦਿਖਾਏ ਜਾ। ਠੀਕ ਹੈ, ਇਸ ਤੋਂ ਬਾਅਦ ਫਿਰ ਮੁਲਾਕਾਤ ਹੋਣੀ ਹੈ।
ਸਾਡੇ ਜਨਾਬ ਇੱਥੋਂ ਵੈਲਕਮ ਕੀਤਾ ਜਾ ਰਿਹਾ। ਰਿਸੋਰਟ ਐਂਡ ਰੀਕ੍ਰੀਏਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ। ਇੱਥੋਂ ਜਨਾਬ ਸੱਜੀ ਸਾਈਡ 'ਤੇ ਜਾ ਰਿਹਾ ਹੈ ਰੋਹਤਾਸ ਰਿਸੋਰਟ ਐਂਡ ਰੀਕ੍ਰੀਏਸ਼ਨ ਜਗ੍ਹਾ ਬਣਾ ਰਹੇ ਹਨ। ਸਰਵਿਸ ਹਿਊਮੈਨਿਟੀ ਜਨਾਬ ਹੈ ਪੰਜਾਬ ਮੈਂ ਆਬਾਸ਼ੀ ਜ਼ਰਾਤ ਕੀ ਪੈਦਾਵਾਰ ਬਣਾਉਣੇ ਕਾ ਮਨਸੂਬਾ ਵੀ ਇੱਥੇ ਕੋਈ ਸ਼ੁਰੂ ਕੀਤਾ ਗਿਆ ਹੈ, ਠੀਕ ਹੈ, 2017-18 'ਚ। ਔਰ ਇਹ ਸਾਹਮਣੇ ਜਨਾਬ ਮੇਨ ਜਿਹੜਾ ਪਹਿਲਾ ਦਰਵਾਜ਼ਾ ਹੈ ਕਿਲ੍ਹਾ ਰੋਹਤਾਸ ਨਾ ਇਹ ਹੈ, ਠੀਕ ਹੈ ਜਨਾਬ। ਬਾਕੀ ਥੋੜ੍ਹੀ ਦੇਰ ਬਾਅਦ ਅੰਦਰ ਜਾ ਕੇ ਮਜ਼ੀਦ ਤੁਹਾਨੂੰ ਇਸ ਜਗ੍ਹਾ ਦੀ ਸੈਰ ਕਰਾਉਣੇ ਹਾਂ। ਲਓ ਜੀ, ਇਹ ਪਹਿਲਾ ਪੜਾਓ ਹੈ ਕਿਲ੍ਹਾ ਰੋਹਤਾਸ ਨਾਲ, ਜਿੱਥੇ ਡਿਟੇਲ ਦਿੱਤੀ ਗਈ ਹੈ ਕਿ ਪਹਿਲਾ ਹੀ ਦਰਵਾਜ਼ਾ ਹੈ। ਇੱਥੋਂ ਜਨਾਬ ਹੁਣ ਅਸੀਂ ਆਸਤਾ ਆਸਤਾ ਕਿਲ੍ਹੇ ਦੇ ਅੰਦਰ ਜਾਣੇ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਪਹਿਲਾ ਮੁਕਾਮ ਹੈ, ਠੀਕ ਹੈ ਜਨਾਬ। ਇਹ ਜਨਾਬ ਪਹਿਲਾ ਗੇਟ ਹੈ ਜਿਸ ਨੇ ਅੰਦਰ ਆ ਕੇ ਮੈਂ ਇਹ ਜਨਾਬ ਕਿਲ੍ਹਾ ਰੋਹਤਾਸ ਨਾਲ ਛੋਟਾ ਜਿਹਾ ਬਗੀਚਾ ਜਿਹਾ ਬਣਾਇਆ ਨੇ, ਕਨਵੈਨਸ਼ਨ ਚਲਾਏ ਨੇ ਬਹਿਣੇ ਵਾਸਤੇ ਜਨਾਬ। ਹੁਣ ਬਿਹਤਰੀਨ ਸਾਈਡਾਂ ਦਾ ਪੁਲਿਸ ਵੀ ਇੰਨਾ ਕੁਛ ਕੀਤੇ ਸਾਹਮਣੇ ਤੁਹਾਨੂੰ ਕਿਲ੍ਹੇ ਦੀਆਂ ਉੱਚੀਆਂ ਫਜ਼ੀਲਾਂ ਨਜ਼ਰ ਆ ਰਹੀਆਂ, ਠੀਕ ਹੈ ਜਨਾਬ। ਹੁਣ ਫਿਲਹਾਲ ਇਹ ਹੈ ਕਿ ਅਸੀਂ ਉਹ ਅੱਪਰ ਜਿਹੜਾ ਕਿਲ੍ਹਾ ਤੁਹਾਨੂੰ ਨਜ਼ਰ ਆ ਰਿਹਾ ਇੱਥੇ ਜਾ ਰਹੇ ਹਾਂ। ਇਹਦੇ ਨਾਲ ਹੀ ਹੈ ਮੁਤਸਿਲ ਜਨਾਬ, ਚਿਹਰੇ ਖਾਮੋਸ਼ ਹੈ। ਗੌਰਮੈਂਟ ਕੀ ਕਾਫੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸਦੀ ਬਿਹਤਰੀਨ ਤਰੀਕੇ 'ਤੇ ਦਰੁਸਤ ਕਰਨ। ਔਰ ਇੱਥੇ ਹਾਲੀਡੇ 'ਤੇ ਆਉਣੇ ਵਾਲੇ ਲੋਕਾਂ ਵਾਸਤੇ ਕੋਈ ਫੈਸਿਲਿਟੀ ਹੋਣੀ ਚਾਹੀਦੀ ਹਨ ਕਿ ਲੋਕ ਇੱਥੇ ਆ ਕੇ ਇੰਟਰਟੇਨਮੈਂਟ ਕਰਨ। ਕੋਈ ਹੋਟਲ ਹੋਣਾ ਚਾਹੀਦਾ, ਰੈਸਟੋਰੈਂਟ, ਜਿਹੜਾ ਕਿ ਕੋ ਨਹੀਂ। ਬਹਰਹਾਲ ਫਿਰ ਵੀ ਤਾਰੀਖੀ ਮੁਕਾਮ ਹੈ, ਦੇਖਣੇ ਨਾਲ ਤਲਕ ਰੱਖਣਾ ਹੈ। ਠੀਕ ਹੈ ਜਨਾਬ, ਹੁਣ ਤੁਹਾਨੂੰ ਅੱਗੇ ਚੱਲ ਕੇ ਮਜ਼ੀਦ ਦਿਖਾਉਣੇ ਹਾਂ। ਅਸਲਾਮੁ ਅਲੈਕੁਮ ਜਨਾਬ, ਅਸੀਂ ਹੁਣ ਬਿਲਕੁਲ ਕਿਲ੍ਹੇ ਦੇ ਅੰਦਰ ਆ ਚੁੱਕੇ ਹਾਂ। ਉਹ ਪਹਿਲਾ ਗੇਟ ਵੀ ਤੁਹਾਨੂੰ ਦੱਸਿਆ ਜਿੱਥੋਂ ਅਸਾਂ ਸਟਾਰ ਲਿਆ ਸੀ, ਹੁਣ ਇਸ ਨੇ ਅੰਦਰ ਆਏ ਹਾਂ। ਅਤੇ ਅੰਦਰ ਆ ਕੇ ਜਿਹੜੀ ਪਹਿਲਾਂ ਤੁਸੀਂ ਦੇਖਿਆ ਜਿੱਥੇ ਵਰਕਰ ਕੰਮ ਲੱਗੇ ਨੇ ਕਰਨ, ਉਸਦੀ ਜ਼ਰਾ ਮੈਂਟੇਨੈਂਸ ਕਰ ਰਹੇ ਨੇ। ਉਸ ਤੋਂ ਬਾਅਦ ਜਨਾਬ ਤੁਸੀਂ ਜੈਸੇ ਜੈਸੇ ਦਰਾਮੇ ਅੱਗੇ ਦੇਖਿਆ, ਉਹ ਸਾਹਮਣੇ ਬਹੁਤ ਖੂਬਸੂਰਤ ਪਾਰਟ ਬਣਾਇਆ ਨੇ। ਉਸ ਨਾਲ ਉਹ ਅੱਗੇ ਜਿਹੜਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਉਹ ਫਾਸੀ ਘਾਟ ਹੈ। ਉਸ ਤੋਂ ਬਾਅਦ ਇਹ ਨਾਲ ਹੈ ਸਰੀਕਾ ਬਣੀ, ਇੱਥੋਂ ਕਾਫੀ ਹੱਦ ਤੱਕ ਮੈਨੇਜਮੈਂਟ ਕੀਤਾ ਜਾਣਾ ਸੀ। ਔਰ ਬਾਕੀ ਇਸ ਤਰ੍ਹਾਂ ਹੀ ਅੱਗੇ ਮਜ਼ੀਦ ਜਾਣਾ ਤਾਂ ਤੁਹਾਨੂੰ ਦੱਸਾਂ ਇੱਥੇ ਕੀ ਸੀ। ਔਰ ਤੁਹਾਨੂੰ ਬਾਕੀ ਤਾਰੀਖੀ ਤੌਰ 'ਤੇ ਤੁਸੀਂ ਲੋਕ ਕੋਈ ਜਾਣਨੇ ਵੀ ਉਸ, ਲੇਕਿਨ ਇਹ ਤਕਰੀਬਨ 12 ਮੁਰੱਬਾ ਮੀਲ ਅਜੇ ਫੈਲੇ ਹੈ। ਔਰ 12 ਇਸਨੇ ਦਰਵਾਜ਼ੇ ਨੇ। ਔਰ ਸ਼ੇਰ ਸ਼ਾਹ ਸੂਰੀ ਨੇ ਦੌਰ 'ਚ ਬਣਿਆ ਸੀ। ਔਰ ਸ਼ੇਰ ਸ਼ਾਹ ਸੂਰੀ ਇੱਥੋਂ ਲੈ ਕੇ ਪਿਸ਼ਾਵਰ ਤੋਂ ਲੈ ਕੇ ਅਤੇ ਦਿੱਲੀ ਤੱਕ ਇਹ ਜੀ ਟੀ ਰੋਡ ਬਣਾਈ ਸੀ।
ਔਰ ਇਹ ਬੜਾ ਮਕਾਮ ਸੀ, ਬਹੁਤ ਬੜਾ ਜਿਹੜਾ ਕਿ ਤਜਾਰਤੀ ਮਰਕਜ਼ ਵੀ ਸੀ ਇਹ ਕਿਸੇ ਜ਼ਮਾਨੇ ਵਿੱਚ। ਉਸਨੇ ਦੌਰ 'ਚ ਬੜੀ ਖੁਸ਼ਹਾਲੀ ਨਾ ਇਹ ਏਰੀਆ ਸੀ, ਲੇਕਿਨ ਹੁਣ ਆਸਤਾ ਆਸਤਾ ਵਕਤ ਨਾਲ ਨਾਲ ਪੈਦਾ ਹੋਣਾ ਗਿਆ। ਹੁਣ ਇਸ ਵਕਤ ਇਹ ਖੰਡਰ ਨਹੀਂ ਸ਼ਕਲ 'ਚ ਹੀ ਹੈ, ਲੇਕਿਨ ਇਹ ਹੈ ਕਿ ਫਿਰ ਵੀ ਹਕੂਮਤ ਪਾਕਿਸਤਾਨ ਇਸ ਵਕਤ ਥੋੜ੍ਹੀ ਥੋੜ੍ਹੀ ਤਵੱਜੋ ਦੇ ਰਹੀ ਹੈ। ਇਹ ਜਿਤਨੇ ਪੁਰਾਣੇ ਸਾਡੇ ਵਿਰਸੇ ਨੇ ਉਹ ਰਿਸ਼ਤਾ ਵੀ ਮਜ਼ੀਦ ਕੋਈ ਕੰਮ ਸ਼ੁਰੂ ਕੀਤੇ ਆ ਨੇ, ਜਿਹੜਾ ਕਿ ਲੋਕਾਂ ਨੇ ਤੋਬਾ ਵਾਸੀ ਮਤਲਬ ਹੈ ਇਹ ਬਿਹਤਰ ਹੋ ਸੀ। ਠੀਕ ਹੈ ਜਨਾਬ, ਮਜ਼ੀਦ ਅੱਗੇ ਚੱਲਣੇ ਹਾਂ ਅਤੇ ਤੁਹਾਨੂੰ ਚੱਲ ਕੇ ਦੱਸਣੇ ਹਾਂ ਕਿ ਹੋਰ ਕਿਹੜੇ ਕਿਹੜੇ ਹਿੱਸੇ ਨੇ। ਇਹ ਜਨਾਬ ਤੁਹਾਨੂੰ ਬੋਰਡ ਦਿਖਾਇਆ ਜਾ ਰਿਹਾ ਹਵੇਲੀ ਮਾਨ ਸਿੰਘ ਔਰ ਰਾਨੀ ਕਾ ਮਹਿਲ। ਠੀਕ ਹੈ ਜਨਾਬ, ਜਿਹੜਾ ਕਿ ਮੈਂ ਤੁਹਾਨੂੰ ਅੱਗੇ ਬਿਲਡਿੰਗ ਦੱਸੀ ਹੈ, ਅਤੇ ਜਿਹੜਾ ਇਹ ਹਿੱਸਾ ਹੈ ਇਹ ਰਾਨੀ ਮਹਿਲ ਹੋਣਾ ਸੀ ਐਂ ਜਨਾਬ, ਜਿਹੜਾ ਕਿ ਮਸਮਾਰ ਹੋ ਚੁੱਕੇ ਹੈ। ਇਹਦੇ ਨਾਲ ਹਵੇਲੀ ਮਾਨ ਸਿੰਘ ਸੀ, ਔਰ ਉਸ ਤੋਂ ਬਾਅਦ ਉਹ ਜਿਹੜਾ ਅੱਗੇ ਤੁਹਾਨੂੰ ਨਜ਼ਰ ਆ ਰਿਹਾ ਉਹ ਵੀ ਕੋਈ ਇਸ ਲੈ ਵਾਜਿਆ ਤਾਂ ਨਹੀਂ ਦੱਸ ਸਕਣਾ ਉਹ ਕਿਹੜਾ ਮੁਕਾਮ ਹੈ, ਲੇਕਿਨ ਉਸ ਨਾਲ ਅੱਗੇ ਜਿਹੜੀ ਜਗ੍ਹਾ ਉਹ ਪਾਸੀ ਘਾਟ ਸੀ। ਠੀਕ ਹੈ ਜਨਾਬ, ਇਹ ਜਨਾਬ ਮੈਂ ਉਚਾਈ ਤੀ ਆ ਕੇ ਤੁਹਾਨੂੰ ਮਾਨ ਸਿੰਘ ਨਾ ਮਹਿਲ ਦੱਸ ਰਿਹਾ। ਠੀਕ ਹੈ ਜਨਾਬ, ਔਰ ਉਸ ਨਾਲ ਅੱਗੇ ਜਿਹੜਾ ਸੀ ਉਹ ਪਾਸੀ ਘਾਟ ਸੀ। ਬਾਰ ਬਾਰ ਤੁਹਾਨੂੰ ਸਾਰੀ ਨਜ਼ਰ ਆ ਰਹੀ ਹੈ ਉਹ ਸਾਈਡ ਕਾਟਿੰਗ ਜਿੱਤਣੀ ਹੈ ਇਹ ਕਿਲੇ। ਗਰੁੱਪ ਆਇਆ ਜਨਾਬ ਕਿਲ੍ਹਾ ਰਸਾਬ ਦੇਖਣੇ ਕੇ ਲੀਏ, ਲੇਡੀਜ਼ ਹੈ, ਬੱਚੇ ਹੈ, ਸਭ ਹੈ ਉਸਮੇ।
ਤੁਹਾਡੇ ਸਾਹਮਣੇ ਆ ਰਹੇ ਹਾਂ ਜਨਾਬ। ਪਹਿਲਾ ਗੇਟ ਤਾਂ ਅਸੀਂ ਮੁਕੰਮਲ ਕਰ ਚੁੱਕੇ ਹਾਂ, ਹੁਣ ਇਹ ਦੂਸਰੇ ਗੇਟ ਦਾ ਨਾਮ ਹੈ ਜਨਾਬ। ਇਸ ਸਵੇਰ ਗੇਟ ਵਿੱਚ ਛੇ ਚਾਰ ਚੋਰੀ ਨਾਲ ਮਿਊਜ਼ੀਅਮ ਹੈ, ਉੱਥੇ ਜਾ ਕੇ ਪਿੱਪਲ ਵਾਲਾ ਗੇਟ ਹੈ, ਅੱਲਾ ਮੋਰੀ ਗੇਟ ਹੈ। ਉਸ ਤੋਂ ਬਾਅਦ ਜਨਾਬ ਅੱਗੇ ਸੁਹੇਲ ਅਕਬਰ ਵਿਸ ਇਨਫੋਰਮੇਸ਼ਨ ਸੈਂਟਰ ਬਣਾਇਆ ਗਿਆ ਹੈ, ਉੱਥੋਂ ਇਨਫੋਰਮੇਸ਼ਨ ਦਿੱਤੀ ਜਾਣੀ ਹੈ। ਇਹ ਤਕਰੀਬਨ ਸਾਰਾ ਇੱਕ ਦੂਜੇ ਨਾਲ ਮੁਤਸਿਲ ਹੋ ਕੇ ਜਾ ਰਿਹਾ ਹੈ। ਗੇਟ ਖਤਮ ਉੱਧਰੋਂ ਖਤਮ ਹੋ ਕੇ ਅਤੇ ਇੱਥੋਂ ਦੂਸਰਾ ਗੇਟ ਸ਼ੁਰੂ ਹੋ ਗਿਆ, ਜਿਹੜਾ ਕਿ ਜਵਾਨੋ ਅਸਲਾਮ ਅਲੈਕਮ, ਕੀ ਹਾਲ ਹੈ? ਠੀਕ ਠਾਕ ਹੋ? ਤੁਹਾਨੂੰ ਜਨਾਬ ਅਸਾਂ ਬਾਬਾ ਜੀ ਕੀ ਦੁਨੀਆ 'ਚ ਵੈਲਕਮ ਕਰਨੇ ਹਾਂ, ਔਰ ਤੁਹਾਡੇ ਮਾਸ਼ਾ ਅੱਲਾ ਅਸੀਂ ਇਹ ਫੋਟੋ ਸੈਸ਼ਨ ਵੀ ਕਰ ਰਹੇ ਹਾਂ, ਔਰ ਉਸ ਜਗ੍ਹਾ ਕਰ ਰਹੇ ਹਾਂ। ਇਹ ਜਿਹੜਾ ਸੋਹੇਲ ਗੇਟ ਹੈ ਉਹਦੇ 'ਚੋਂ ਅਸੀਂ ਅੰਦਰ ਆਏ ਹਾਂ, ਔਰ ਅੰਦਰ ਆ ਕੇ ਇੱਥੇ ਜਿਹੜਾ ਖੂਹ ਹੈ ਉੱਥੇ ਅਸੀਂ ਮੌਜੂਦ ਹਾਂ। ਇਹ ਜਿਹੜੀਆਂ ਸੀੜੀਆਂ ਨੇ ਥੱਲੇ ਜਾ ਰਹੀਆਂ ਨੇ, ਔਰ ਬਹੁਤ ਲੋਕ ਥੱਲੇ ਤੱਕ ਵੀ ਜਾ ਰਹੇ ਨੇ, ਲੇਕਿਨ ਬਜ਼ੁਰਗ ਬੰਦਾ ਮੈਂ ਤਾਂ ਥੱਲੇ ਜਾ ਨਹੀਂ ਸਕਣਾ, ਲੇਕਿਨ ਇਸ ਵਾਸਤੇ ਮੈਂ ਇੱਥੋਂ ਹੀ ਤੁਹਾਨੂੰ ਨਜ਼ਾਰਾ ਕਰਾ ਰਿਹਾ ਥੱਲੇ ਤੱਕ ਵੀ। ਔਰ ਇਹ ਜਵਾਨ ਜਿਹੜੇ ਮਾਸ਼ਾ ਅੱਲਾ ਇਹ ਵੀ ਆਏ ਨੇ, ਇਹਨਾਂ ਨਾਲ ਵੀ ਮੁਲਾਕਾਤ ਹੋ ਗਈ ਹੈ। ਕਿ ਨਾਂ ਜੀ ਜਵਾਨ ਤੁਸਾਂ? ਨਾਮ ਅਮਾਦ। ਤੁਸਾਂ? ਸੁਲਮਾਨ ਹੈਦਰ। ਜੁਨੇਦ ਅਹਿਮਦ। ਕਿੱਥੋਂ ਆਏ ਹੋ ਜੀ? ਭਿੰਬਰ ਆਜ਼ਾਦ ਕਸ਼ਮੀਰ ਤੋਂ। ਮਾਸ਼ਾ ਅੱਲਾ ਜੀ, ਕਸ਼ਮੀਰ ਜ਼ਿੰਦਾਬਾਦ। ਅੱਲਾ ਤਾਲਾ ਤੁਹਾਨੂੰ ਸਾਰਿਆਂ ਕੀ ਜਲਦੀ ਜਲਦੀ ਆਜ਼ਾਦੀ ਦੇਣ, ਔਰ ਅਸੀਂ ਬਿਲਕੁਲ ਤੁਹਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਜਨਾਬ ਖੜ੍ਹੇ ਹਾਂ, ਔਰ ਇਨਸ਼ਾਅੱਲਾ ਅਸੀਂ ਬਹੁਤ ਜਲਦੀ ਇਹਨਾਂ ਕੋਲੋਂ ਕਸ਼ਮੀਰ ਲੈ ਲੈਣਾ ਬਾਜ਼ੋਰੇ ਬਾਜ਼ੂ ਇਨਸ਼ਾਅੱਲਾ। ਅੱਲਾ ਕੇ ਮਨਜ਼ੂਰ ਹੋਇਆ, ਔਰ ਸਭ ਖੈਖਰੀਅਤ ਹੈ। ਚਲੋ ਅੱਲਾ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਣ, ਤਾਂ ਕੋਸ਼ਿਸ਼ ਕਰੋ ਜ਼ਰਾ ਪੜ੍ਹੋ ਲਿਖੋ, ਔਰ ਪਾਕਿਸਤਾਨ ਨਹੀਂ ਔਰ ਕਸ਼ਮੀਰ ਨਹੀਂ ਖਿਦਮਤ ਕਰੋ। ਅਸੀਂ ਕਸ਼ਮੀਰ ਔਰ ਪਾਕਿਸਤਾਨ ਦੋ ਨਹੀਂ, ਇੱਕ ਹੀ ਹੈ, ਠੀਕ ਹੈ? ਤਾਂ ਬਸ ਅਸੀਂ ਸਾਰੇ ਮਿਲ ਕੇ ਇਨਸ਼ਾਅੱਲਾ ਆਜ਼ਾਦ ਕਰਾਉਣੇ ਹਾਂ, ਔਰ ਆਪਣੇ ਇਸ ਮੁਲਕ ਹੀ ਨਾ ਦੁਨੀਆ 'ਚ ਰੋਸ਼ਨਾਸ ਕਰਾਉਣੇ ਹਾਂ, ਠੀਕ ਹੈ? ਅੱਲਾ ਤੁਹਾਡਾ ਨਿਗਹਿਬਾਨ ਹੋਵੇ ਜਨਾਬ। ਅੱਲਾ ਹਾਫਿਜ਼।